ਸ੍ਰੀਕਾਲ ਜੀ, ਅੱਜ ਗੱਲ ਕਰਦੇ ਹਾਂ ਜੀ ਪਾਰਸ਼ਲ ਇਮਾਨਦਾਰ ਲੋਕਾਂ ਦੀ। ਪਾਰਸ਼ਲ ਮਤਲਬ ਥੋੜ੍ਹੇ ਥੋੜ੍ਹੇ ਇਮਾਨਦਾਰ ਅਤੇ ਥੋੜ੍ਹੇ ਥੋੜ੍ਹੇ ਨਹੀਂ ਵੀ। ਉਹ ਪਤਾ ਕੌਣ ਹੁੰਦੇ, ਜਿੱਦਾਂ ਕੋਈ ਛੋਟੀ ਮੋਟੀ ਗੱਲ ਹੈ ਤਾਂ ਉੱਥੇ ਤਾਂ ਪੂਰੀ ਆਪਣੀ ਐਨ ਇਮਾਨਦਾਰੀ ਦਿਖਾਉਣੀ ਹੈ, ਜਿੱਥੇ ਵੱਡਾ ਮਾਮਲਾ ਕੋਈ ਤਾਂ ਉੱਥੇ ਫਿਰ ਮੁੱਕਰ ਜਾਣ, ਠੀਕ ਹੈ ਨਾ। ਜਿੱਦਾਂ ਐਗਜ਼ਾਮਪਲ ਦਿੰਦਾ ਬਈ, ਕੁਛ 500 ਰੁਪਈਆ 1000 ਰੁਪਈਆ ਕੋਈ ਲੱਭ ਗਿਆ ਅਤੇ ਉਹਦੀ ਦਵਾਈ ਚੁੱਕ ਲੈਣੀ ਹੈ। ਕਿਤੇ ਡਿੱਗਿਆ ਬਈ, ਇਹ ਤੁਹਾਡੇ ਹੈ ਜੀ, ਤੁਹਾਡੇ ਡਿੱਗਿਆ ਜੀ, ਮੈਂ ਕਹਾਂ ਇੱਥੇ ਪਏ ਸੀ, ਚਲੋ ਤੁਹਾਡੇ ਤਾਂ ਫਿਰ ਤੁਸੀਂ ਲੈ ਲਓ ਜੀ। ਮਤਲਬ ਆਪਣੀ ਉਦੋਂ ਪੂਰੀ ਇਮਾਨਦਾਰੀ ਦਿਖਾਉਣੀ ਹੈ, ਅਤੇ ਜਦੋਂ ਕਿਤੇ ਮੋਟਾ ਹੱਥ ਵੱਜ ਗਿਆ ਪਤਾ ਵੀ ਇਹ ਹੁਣ ਚੁੱਪ ਹੀ ਕਰ ਜਾਓ, ਦੱਸਣ ਦੀ ਲੋੜ ਨਹੀਂ ਹੈਗੀ। ਮਤਲਬ ਵੱਡਾ ਹੱਥ ਵੱਜਿਆ ਤਾਂ ਫਿਰ ਝਪੀਟ ਵੱਟ ਜਾਓ। ਉਹਦੇ ਬਾਰੇ ਬਾਬਾ ਬੁੱਲੇ ਸ਼ਾਹ ਹੋਣਾ ਬਹੁਤ ਸੋਹਣੀ ਗੱਲ ਕਹੀ ਹੈ ਕਿ ਮੈਂ ਸਦਕੇ ਉਹਨਾਂ ਲੋਕਾਂ ਦੇ ਜੋ ਮਾਰਨ ਗੱਪ ਛੜੱਪ, ਮੈਂ ਸਦਕੇ ਉਹਨਾਂ ਲੋਕਾਂ ਦੇ ਜੋ ਮਾਰਨ ਗੱਪ ਛੜੱਪ, ਦਵਾਨੀ ਲੱਭੀ ਮੋੜ ਦੇਣ ਬੁਗਚਾ ਘਾਉਂ ਕੱਪ। ਕਮਾਲ ਦੀਆਂ ਗੱਲਾਂ ਹੁੰਦੀਆਂ ਨੇ ਬਾਬਾ ਬੁੱਲੇ ਸ਼ਾਹ ਦੀਆਂ ਜੀ, ਅਤੇ ਵਧੀਆ। ਸ੍ਰੀ ਅਕਾਲ ਜੀ, ਅੱਜ ਗੱਲ ਕਰਦੇ ਹਾਂ ਜੀ ਪਾਰਸ਼ਲ ਇਮਾਨਦਾਰ ਲੋਕਾਂ ਦੀ। ਪਾਰਸ਼ਲ ਮਤਲਬ ਥੋੜ੍ਹੇ ਥੋੜ੍ਹੇ ਇਮਾਨਦਾਰ ਅਤੇ ਥੋੜ੍ਹੇ ਥੋੜ੍ਹੇ ਨਹੀਂ ਵੀ। ਉਹ ਪਤਾ ਕੌਣ ਹੁੰਦੇ, ਜਿੱਦਾਂ ਕੋਈ ਛੋਟੀ ਮੋਟੀ ਗੱਲ ਹੈ ਤਾਂ ਉੱਥੇ ਤਾਂ ਪੂਰੀ ਆਪਣੀ ਐਨ ਇਮਾਨਦਾਰੀ ਦਿਖਾਉਣੀ ਹੈ, ਜਿੱਥੇ ਵੱਡਾ ਮਾਮਲਾ ਕੋਈ ਤਾਂ ਉੱਥੇ ਫਿਰ ਮੁੱਕਰ ਜਾਣ, ਠੀਕ ਹੈ ਨਾ। ਜਿੱਦਾਂ ਐਗਜ਼ਾਮਪਲ ਦਿੰਦਾ ਬਈ, ਕੁਛ 500 ਰੁਪਈਆ 1000 ਰੁਪਈਆ ਕੋਈ ਲੱਭ ਗਿਆ ਅਤੇ ਉਹਦੀ ਦਵਾਈ ਚੁੱਕ ਲੈਣੀ ਹੈ। ਕਿਤੇ ਡਿੱਗਿਆ ਬਈ, ਇਹ ਤੁਹਾਡੇ ਹੈ ਜੀ, ਤੁਹਾਡੇ ਡਿੱਗਿਆ ਜੀ, ਮੈਂ ਕਹਾਂ ਇੱਥੇ ਪਏ ਸੀ, ਚਲੋ ਤੁਹਾਡੇ ਤਾਂ ਫਿਰ ਤੁਸੀਂ ਲੈ ਲਓ ਜੀ। ਮਤਲਬ ਆਪਣੀ ਉਦੋਂ ਪੂਰੀ ਇਮਾਨਦਾਰੀ ਦਿਖਾਉਣੀ ਹੈ, ਅਤੇ ਜਦੋਂ ਕਿਤੇ ਮੋਟਾ ਹੱਥ ਵੱਜ ਗਿਆ ਪਤਾ ਵੀ ਇਹ ਹੁਣ ਚੁੱਪ ਹੀ ਕਰ ਜਾਓ, ਦੱਸਣ ਦੀ ਲੋੜ ਨਹੀਂ ਹੈਗੀ। ਮਤਲਬ ਵੱਡਾ ਹੱਥ ਵੱਜਿਆ ਤਾਂ ਫਿਰ ਝਪੀਟ ਵੱਟ ਜਾਓ। ਉਹਦੇ ਬਾਰੇ ਬਾਬਾ ਬੁੱਲੇ ਸ਼ਾਹ ਹੋਣਾ ਬਹੁਤ ਸੋਹਣੀ ਗੱਲ ਕਹੀ ਹੈ ਕਿ ਮੈਂ ਸਦਕੇ ਉਹਨਾਂ ਲੋਕਾਂ ਦੇ ਜੋ ਮਾਰਨ ਗੱਪ ਛੜੱਪ, ਮੈਂ ਸਦਕੇ ਉਹਨਾਂ ਲੋਕਾਂ ਦੇ ਜੋ ਮਾਰਨ ਗੱਪ ਛੜੱਪ, ਦਵਾਨੀ ਲੱਭੀ ਮੋੜ ਦੇਣ ਬੁਗਚਾ ਘਾਉਂ ਕੱਪ। ਕਮਾਲ ਦੀਆਂ ਗੱਲਾਂ ਹੁੰਦੀਆਂ ਨੇ ਬਾਬਾ ਬੁੱਲੇ ਸ਼ਾਹ ਦੀਆਂ ਜੀ, ਤੇ ਵਧੀਆ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।